ਅੱਜ ਆਪਾਂ ਜਿਹੜੇ ਇੱਕ ਕਿਸਾਨ ਨੇ ਮਹਿੰਦਰ ਸਿੰਘ ਹਰਿਆਣਾ ਤੋਂ ਜੀਂਦ ਦੇ ਨੇੜੇ ਤੋਂ ਤੇ ਜਿਸ ਟਰੈਕਟਰ ਨਾਲ ਇਹਨਾਂ ਨੇ ਕਿਵੇਂ ਸ਼ੁਰੂਆਤ ਕੀਤੀ DT-14 ਨਾਲ ਆਪਣੀ ਖੇਤੀਬਾੜੀ ਤੇ ਅੱਜ ਇਹਨਾਂ ਦੇ ਉੱਪਰ ਮੈਂ ਕਵਾਂਗਾ ਜਿਵੇਂ ਲਕਸ਼ਯ ਸਵੀਟ ਐਂਡ ਬੇਕਰੀ ਇਹ ਜਿਹੜੇ ਹੋਟਲ ਕਾਰੋਬਾਰ ਤੇ ਮੁਰਗੀ ਖਾਨੇ ਇਸ ਤੋਂ ਇਲਾਵਾ ਜਿਹੜੀ ਡੇਅਰੀ ਫਾਰਮਿੰਗ ਦਾ ਜੋ ਵੀ ਕੰਮ ਕਾਜ ਤੁਹਾਡੇ ਰੂਬਰੂ ਕਰਾਂਗੇ ਤੇ ਅੱਜ ਸ਼ੁਰੂਆਤ ਤੁਹਾਨੂੰ ਦਿਖਾਈਏ ਇਸ ਟਰੈਕਟਰ ਤੋਂ ਇਹਨਾਂ ਨੇ ਸ਼ੁਰੂ ਕਰਕੇ 56 ਏਕੜ ਤੋਂ ਸ਼ੁਰੂ ਕਰਕੇ ਅੱਜ 250 ਏਕੜ ਜ਼ਮੀਨ ਇਹਦੇ ਸਾਰੇ ਭਰਾ ਇਕੱਠੇ ਰਹਿੰਦੇ ਨੇ ਆਓ ਤੁਹਾਨੂੰ ਹੁਣ ਇਹਨਾਂ ਦੇ ਦਿਖਾਉਂਦੇ ਹਾਂ ਬਾਕੀ ਜਿਹੜੇ ਖੇਤ ਕਲਿਆਣ ਤੇ ਇਹਨਾਂ ਦੀਆਂ ਫੈਕਟਰੀਆਂ ਵਗੈਰਾ ਕਦੋਂ ਲਿਆ ਸੀ ਤੁਸੀਂ ਇਹ ਜੋ ਲਿਆ ਦਾ ਮੈਂ 71 ਮੈਂ ਅੱਛਾ ਜੀ 1971 ਦੇ ਵਿੱਚ ਉਦੋਂ ਤੁਹਾਡੇ ਕੋਲ ਖੇਤੀ ਕਿੰਨੀ ਸੀ ਉਦੋਂ ਕਿੰਨੀ ਜ਼ਮੀਨ ਸੀ ਉਦੋਂ 55 ਏਕੜ ਦੀ ਖੇਤੀ 55 ਏਕੜ ਕੀ 55 ਕਿੱਲੇ ਖੇਤੀ ਇਸ ਦੇ ਨਾਲ ਹੀ ਕਰਦੇ ਸੀ ਠੀਕ ਹੈ ਦਿਨ ਰਾਤ ਕੰਮ ਕੇ ਨਾਲ 100 ਏਕੜ ਬੋਈ ਮੈਨੇ ਇਸੇ 100 ਏਕੜ ਹਾਂ ਡਰਾਈਵਰ ਰੱਖਦੇ ਤੇ ਡਰਾਈਵਰ ਟੋਕੜਾ ਰੱਖਦੇ ਸ੍ਰੀ ਸਾਂਝੀ ਦੇਖੋ ਨਾ ਟੋਟਾ ਦੇ ਅੱਛਾ ਜੋ ਮਤਲਬ ਸ੍ਰੀ ਸਾਂਝੀ ਲੱਗ ਗਿਆ ਹਾਂ ਠੀਕ ਹੈ ਤੋ ਇੱਕ ਕਿੰਨੇ ਦਾ ਲਿਆ ਸੀ ਤੁਸੀਂ ਖਰੀਦਿਆ ਕਿੰਨੇ ਦਾ ਸੀ ਯੂ ਖਰੀਦਿਆ ਰਾ ਮੈਨੂੰ 12,000 ਦਾ ਅੱਛਾ ਇਸ ਦੀ 12,000 ਰੁਪਏ ਕੀਮਤ ਸੀ ਉਸ ਵਕਤ ਕਿਸ ਤੋਂ ਤੇ ਲਿਆ ਸੀ ਜਾਂ ਸੀ ਨਹੀਂ ਐਸੇ ਗਾਮ ਸੇ ਲਿਆ ਤਾਂ ਬੀਬੀ ਪਰ ਗਾਮ ਆਏ ਅੱਛਾ ਬੈਬਲ ਪਰ ਬੈਬਲ ਹਾਂ ਜੀ ਤੇ ਪਕੜੀ ਗਏ ਪੁਰਾਣਾ ਲਿਆ ਤਾਂ ਇਹ ਹਾਂ 1 ਸਾਲ ਤੋਂ ਲਿਆ ਰਿਹਾ ਜੀ 1 ਸਾਲ ਚੱਲਿਆ ਹੋਆ ਮਤਲਬ ਆਪਣੇ ਨਗਦ ਲੈ ਲਿਆ ਉਸ ਵਕਤ ਨਗਦ ਲੈ ਲਿਆ ਤਾਂ ਠੀਕ ਹੈ ਅਬ ਸਟਾਰਟ ਹੋ ਜਾਂਦਾ ਇਹ ਹਾਂ ਜੀ ਚੱਲਦਾ ਬਸ ਸਭ ਚੱਲੂ ਹੈ ਸਾਰੇ ਅੱਛਾ ਤੋ ਫਿਰ ਆ ਵੀਡੀਓ ਬਣਾ ਕੇ ਨਾ ਆਪਸੇ ਚਲਵਾਤੇ ਹੈ ਇਸਕੋ ਆਪਾਂ ਦੋਨੋਂ ਘੁੰਮ ਕੇ ਆਤੇ ਹੈ ਇਸ ਪਰ ਅੱਛਾ ਜੀ ਤਾਊ ਜੀ ਇਹ ਕਬ ਲਿਆ ਜੀ T-25 ਤਾਂ ਮੈਨੂੰ ਲਿਆ ਜੀ ਕੋ 2 ਸਾਲ ਹੋਏ 2 ਸਾਲ ਹੋਏ ਇਹ ਕਿਤਨੇ ਕਾ ਲਿਆ ਟਰੈਕਟਰ ਜੀ ਲਖਨਊ ਥਾ ਯੂਨੀਵਰਸਿਟੀ ਮੈਂ ਜੂ ਜੀ ਵਹਾਂ ਬੋਲੀ ਹੋਈ ਇਸਕੀ ਜੀ ਟੋਲ ਕਾ ਭਾਅ ਮੈਂ ਤੇ ਜਾਈਓ 18,000 ਕਾ ਅੱਛਾ ਵਹਾਂ ਸੇ ਟਿਕਟਾ ਟਿਕਟਾ ਯੂ ਦੀਂਦ ਆ ਗਿਆ ਦੀਂਦ ਲਿਆ ਮੈਨੂੰ ਵੀ ਪੌਣੇ 3 ਲੱਖ ਕਾ ਅੱਛਾ ਵਹਾਂ ਪਰ 18,000 ਰੁਪਏ ਕਾ ਲਖਨਊ ਯੂਨੀਵਰਸਿਟੀ ਮੈਂ ਵਿਕ ਰਿਹਾ ਥਾ ਵਿਕ ਰਿਹਾ ਬੋਲੀ ਹੋਈ ਥੀ ਵਹਾਂ ਇਸਕੀ ਅੱਛਾ ਤੋ ਬੜਤਾ ਬੜਤਾ ਆਪਕੇ ਪਾਸ ਪੌਣੇ 3 ਲੱਖ ਮੈਂ ਚਲਾ ਗਿਆ ਪੌਣੇ 3 ਲੱਖ ਪਾਏ ਅਗਰ ਆਪ ਆਪਸੇ ਕੋ 3 ਲੱਖ ਮੈਂ ਮੰਗੇ ਤੋ ਨਾ ਦਿੰਦੇ ਨਹੀਂ ਵਾਜ ਦਿੰਦਾ ਨਹੀਂ ਰੰਗ ਕਰਵਾਇਆ ਕਮਾਲ ਹੈ ਜੀ ਬਹੁਤ ਬਹੁਤ ਹੀ ਕਮਾਲ ਹੈ ਤਾਂ ਇਹ ਕਿਤਨੀ ਹਾਰਸ ਪਾਵਰ ਇਸ ਗੱਡੀ 25 ਦੀ 28 ਹਾਰਸ ਪਾਵਰ ਹੈ ਠੀਕ ਹੈ ਦੇਖੋ ਕਿਸਾਨ ਵੀਰੋ ਬਿਲਕੁਲ ਓਰੀਜਨਲ ਵੇਖੋ ਜਿੱਦਾਂ ਪੰਜਾਬੀ ਚ ਆਪਾਂ ਕਹਿੰਦੇ ਵੰਗ ਵਰਗਾ ਹਾਂਜੀ ਇਹ ਸਲੈਂਸਰ ਦਾ ਪੈਂਟ ਓਰੀਜਨਲ ਹੈਗਾ ਜੋ ਕੰਪਨੀ ਨੇ ਕਰਕੇ ਦਿੱਤਾ ਦਾ ਅੱਛਾ ਜੀ ਸਲੈਂਸਰ ਦਾ ਰੰਗ ਵੀ ਅਸਲੀ ਹੈ ਨਹੀਂ ਨਾਲ ਦਾ ਓਰੀਜਨਲ ਵਾਹ ਜੀ ਵਾਹ ਤੇ ਤਾਂ ਟਾਇਰ ਬਦਲੇ ਹੋਣਗੇ ਟਾਇਰ ਦਾ ਸੀ ਨਾ ਮੈਂ ਤਾਂ ਇਹ ਨਹੀਂ ਟਾਇਰ ਆਮ ਦਿਆ ਅੱਛਾ ਅੱਛਾ ਠੀਕ ਹੈ ਤੇ ਭਾਜੀ ਤੁਸੀਂ ਉਸ ਦੇ ਟਾਇਰਾਂ ਦੇ ਉੱਪਰ ਨਾ ਸਾਲ ਵੇਖੋ ਇਹਦਾ ਕਿੰਨੇ ਕਿਸਾਨ ਵੀਰੋ ਤੁਹਾਨੂੰ ਇਹਨਾਂ ਦਾ ਜਿਹੜਾ ਇਹਨਾਂ ਦਾ ਲੋਗੋ ਹੈ ਜੀ ਇਹਨਾਂ ਦੀ ਕੰਪਨੀ ਦਾ ਜਿਹੜਾ ਇਹਨਾਂ ਦੇ ਦੁੱਧ ਪਾਉਂਦੇ ਨੇ ਆਪਣੀ ਡੇਅਰੀ ਹੈ ਲਕਸ਼ਯ ਤੇ ਇਹਨੇ ਪੂਰੇ ਭਾਰਤ ਦੇ ਵਿੱਚੋਂ ਇਹ ਦੂਜੇ ਨੰਬਰ ਦੇ ਉੱਪਰ ਆਈ ਇਹਨਾਂ ਦੀ ਡੇਅਰੀ ਜਿਹੜੀ ਹੈ ਤੇ ਆਹ ਵੇਟ ਰਹੇ ਤਾਂ ਇਹਨਾਂ ਦੇ ਹਾਂ ਵੇਟ ਹਰਸ਼ਾ ਮਾਡਲ ਚਾਹੁੰਦਾ ਹੈ ਹਰਸ਼ਾ ਮਾ ਗਿਆ ਜੀ ਹਾਂ ਬੈਟਰੀ ਬਹੁਤ ਸੋਹਣਾ ਜੀ ਤੇ ਚਾਬੀ ਮੰਗਾ ਲਿਓ ਇਸ ਕੋਲ ਮੈਂ ਚਲਾ ਕੇ ਦੇਖੂੰਗਾ ਚਾਬੀ ਤੇ ਬੈਟਰੀ ਲੋ ਜੀ ਇਕੜੇ ਇਕੜੇ ਦੀ ਧੱਕਾ ਲਾ ਕੇ ਸਟਾਰਟ ਕਰ ਦਾਂਗੇ ਮੈਂ ਬੋਂ ਕੋਈ ਸਟਾਰਟ ਕਰ ਲੇ ਧੱਕਾ ਲਾ ਕੇ ਕਰ ਦਾਂਗੇ ਕਿਸਾਨ ਵੀਰ ਹੈਗਾ ਜੀ ਕਿਸਾਨ ਮਹਿੰਦਰ ਸਿੰਘ ਜੀ ਕੋਲ DT-14 ਜਿਹੜਾ ਇਹਨਾਂ ਨੇ ਦੂਜੇ ਨੰਬਰ ਤੇ ਖਰੀਦਿਆ ਇਹ ਨਵਾਂ ਲਿਆ ਸੀ ਨਾ ਇਹ ਵੀ ਪੁਰਾਣਾ ਲਿਆ ਖਰੀਦਿਆ ਇਹ ਕਦੋਂ ਖਰੀਦਿਆ ਸੀ ਇਹ ਤਾਂ ਸਰਿੰਦ ਸੇ ਲਿਆ ਤਾ ਪੰਜਾਬ ਸੇ ਅੱਛਾ ਸਰਹੰਦ ਤੋਂ ਲਿਆਇਓ ਹਾਂ ਮਾਰਾ ਗਿਆ ਤਾ ਯੂ ਕਰਨਾਲ ਕੇ ਪਾਸ ਸੇ
ਠੀਕ ਹੈ ਵਪਾਰੀ ਹੈ ਉਹ ਸਰਹਿੰਦ ਮੈਂ ਜੀ ਜੀ ਅੱਛਾ ਲਿਆ ਵੇਚੀ ਦਾ ਕੰਮ ਕਰਿਆ ਹੈ ਹੁਣ ਵੀ ਕਰਦੇ ਨੇ ਹਾਂ ਹੁਣ ਵੀ ਇਹ ਆ ਨਾਲ ਦੀ ਹੈ ਹਾਂ ਇਹ ਨਾਲ ਦੀ ਆ ਚਿੜੀ ਦਿਖਾ ਦਿਓ ਜੀ ਤੇ ਤਾਊ ਨੇ ਬੜੇ ਸ਼ੌਂਕ ਨਾਲ ਵੇਖੋ ਜੀ ਸਾਰੇ ਲਕਸ਼ ਇਹਨਾਂ ਦਾ ਲਕਸ਼ ਜੋ ਇਹਨਾਂ ਨੇ ਲਕਸ਼ ਰੱਖਿਆ ਸੀ ਉਸ ਤੋਂ ਬਦਲ ਕੇ ਇਹਨਾਂ ਨੇ ਲਕਸ਼ ਡੈਰੀ ਰੱਖਤਾ ਨਾਮ BT3 ਤੇ ਇੱਧਰ ਦਿਖਾਓ ਜੀ ਇਹ ਵੀ ਓਰੀਜਨਲ ਹੈ ਜੀ ਓਰੀਜਨਲ ਬਿਲਕੁਲ ਵਾਹ ਵਾਹ ਸੀਟ ਸੂਟ ਦਿਖਾਓ ਜੀ ਬੈਲਾਰੂਸ ਹੈ ਬੈਲਾਰੂਸ ਤੋਂ 19 ਸਾਲ ਬਾਅਦ ਆਇਆ ਉਸਨੇ ਪੁੱਛ ਲਿਆ ਚੱਕਰ ਇਹ ਨਾ ਬ੍ਰਾਂਡ ਇਹ ਨੇਗੇ ਇਹ ਮੋਲ ਇਹਨਾਂ ਦੀ ਲੱਗੀ ਹੋਈ ਹੈ ਕੋਈ ਵੀ ਤੁਹਾਡੇ ਤੋਂ ਪੁੱਛਦਾ ਤਾਂ ਇਹ ਇਹ ਕਦੋਂ ਲਿਆ ਸੀ ਤੁਸੀਂ ਬੈਲਾਰੂਸ ਬੈਲਾਰੂਸ ਨੇ ਭਾਈ ਚੌਥੀ ਸਾਲ ਲੱਗ ਗਏ ਚੌਥੀ ਸਾਲ 34 ਸਾਲ ਹੋ ਗਏ 2016 ਸਿਰਫ ਪੇਂਟ ਕਰਵਾਇਆ ਦਾ ਲਿਆ ਸੀ ਤੁਸੀਂ ਉਦੋਂ ਯੂ ਲਿਆ ਮੈਨੂੰ 5.5 ਲੱਖ ਅੱਛਾ 5.5 ਲੱਖ ਹੁਣ ਵੀ ਤੁਹਾਨੂੰ ਕੋਈ ਬੰਦਾ ਕਹਿੰਦਾ ਵੀ ਮੈਂ ਲੈਣਾ ਖਰੀਦਣਾ ਮੈਨੂੰ ਦੇ ਦਿਓ ਖਰੀਦਣਾ ਆਉਂ ਹੈ ਮਨਾ ਕਰ ਰਿਹਾ ਅੱਛਾ ਵੇਚਦੇ ਨਹੀਂ ਐਸੀ ਚੀਜ਼ ਮਿਲਦੀ ਨਹੀਂ ਕਹੀ ਇੱਥੇ ਆ ਜੀ ਆਪ ਠੀਕ ਹੈ ਆ ਇਹ ਕੀ ਹੈ ਤਰ ਬੈਟਰੀ ਅੱਛਾ ਇਹ ਲਿਫਟੀ ਹੋ ਗਿਆ ਕਰਾ ਲਾਂ ਅੱਛਾ ਇਹ ਸ਼ਲਫ ਹੈ ਇਹ ਪੰਪ ਹੈ ਹਾਂ ਇਹ ਪੰਪ ਦੇ ਉੱਪਰ ਵੀ ਕੁਝ ਲਿਖਿਆ ਹੋਇਆ ਇਸਦੇ ਹਾਂ ਇਹ ਮਾਡਲ ਹੀ ਆ ਔਰ ਕੋਈ ਚੀਜ਼ ਲਿਖੀ ਹੈ ਸਾਰਾ ਪਲੇਟ ਲੱਗੀ ਹੈ ਬਿਲਕੁਲ ਆਪ ਬਹੁਤ ਮਤਲਬ ਦਿਲ ਸੇ ਹੀ ਸੰਭਾਲ ਕਰ ਰਹੇ ਹਾਂ ਬਿਲਕੁਲ ਇਹ ਦੇਖੋ ਇਸ ਕੇ ਜਿਤਨੀ ਪਲੇਟ ਕੰਪਨੀ ਨੇ ਲਾ ਕੇ ਦੇ ਰੱਖੀ ਸਭ ਪਲੇਟ ਲੱਗੀ ਹੈ ਠੀਕ ਹੈ ਜੀ ਬਾਕੀ ਜੀ ਇਹ ਪੁੜੀ ਦਾ ਗੇਰ ਜੀ ਹਾਂ ਪੁੜੀ ਦਾ ਇਹ ਪੁੜੀ ਦਾ ਗੇਰ ਜੀ ਆ ਪਾ ਜੀ ਵੀਰ ਜੀ ਆ ਦੱਸਿਓ ਤੁਸੀਂ ਥੋੜਾ ਜਾਣਕਾਰੀ ਦਿਓ ਇਹਦੇ ਬਾਰੇ ਬਸ ਤਾਂ ਥੋੜਾ ਜਿਹਾ ਡੰਡੀਆਂ ਬਿਲਕੁਲ ਸਹੀ ਆਪਣਾ ਇੱਕ ਥਾਂ ਰੇਸ ਰਹਿੰਦੀ ਹੈ ਜੀ ਬਾਕੀ ਇਹਦਾ ਸਟੀਅਰਿੰਗ ਬਹੁਤ ਲੱਕੀ ਹੈ ਜੀ ਸਟੀਅਰਿੰਗ ਨੂੰ ਪਾਵਰ ਲੱਗ ਰਿਹਾ ਪਾਵਰ ਨਹੀਂ ਹੈਗਾ ਜੀ ਪਾਵਰ ਨਹੀਂ ਹੈ ਜੀ ਲੇਕਿਨ ਇਹਦੇ ਇੱਕ ਨਾਮ ਦੀ ਕਟਾਈ ਹੈਗੀ ਤੇ ਕਟਾਈ ਕਰਨ ਤੋਂ ਬਾਅਦ ਤੁਹਾਨੂੰ ਹਰ ਆਮ ਟਰੈਕਟਰ ਨਾਲ ਜ਼ਿਆਦਾ ਬੈਸਟ ਟਰੈਕਟਰ ਚਲਾਉਣ ਦੇ ਮਜ਼ਾ ਆਵੇਗਾ ਜੀ ਸਮਝ ਲਓ ਜਿਵੇਂ ਤੁਸੀਂ ਹੋਰ ਚੁਣਨ ਦੇ ਚੜ੍ਹ ਗਏ ਅੱਛਾ ਮੋੜਦੇ ਹੋਏ ਮਤਲਬ ਮਜ਼ਾ ਆਉਂਦਾ ਹੈ ਬਹੁਤ ਆਨੰਦ ਆਉਂਦਾ ਮਹਿਸੂਸ ਹੁੰਦਾ ਮੈਂ ਟਰੈਕਟਰ ਚਲਾਉਂਦਾ ਆਹ ਤਾਂ ਡਿਵਰ ਜਾਣ ਇਸ ਟਾਈਮ ਟਰੈਕਟਰ ਬੈਕ ਗਿਆ ਨਹੀਂ ਹੁੰਦਾ ਠੀਕ ਹੈ ਹਾਂਜੀ ਅਤੇ ਆਹ ਪਿੱਛੇ ਟੈਂਕੀ ਹੈ ਜੀ ਅੱਧਾ ਲੀਟਰ ਤੇਲ ਇੱਕ 100 ਲੀਟਰ ਤੇਲ ਇਹਦੇ ਪੈ ਜਾਂਦਾ ਜੀ ਅੱਛਾ ਤੇਲ ਵਾਲੀ ਟੈਂਕੀ ਇਹ ਤੇਲ ਵਾਲੀ ਜੀ 100 ਲੀਟਰ ਤੇਲ ਪੈਂਦਾ ਜੀ ਅੱਧਾ ਡਰਮ ਇੱਕ ਵਾਰ ਪੈ ਜਾਂਦਾ ਅੱਛਾ ਹਾਂਜੀ ਇਹ ਪੰਪ ਹੈ ਜੀ ਲਿਫਟ ਵਾਲਾ ਜਿਹੜਾ ਅਪ ਡਾਊਨ ਕਰਦਾ ਇਹ ਹੇਠਾਂ ਵੀ ਜ਼ੋਰ ਲਾਉਂਦਾ ਅਤੇ ਉੱਪਰ ਵੀ ਜ਼ੋਰ ਲਾਉਂਦਾ ਅੱਛਾ ਹਾਂਜੀ ਦੋਨੇ ਪਾਸੇ ਦੋਨੇ ਲਿਫਟ ਕਾਮਯਾਬ ਬਹੁਤ ਲਿਫਟ ਹੈ ਜੀ ਪੂਰੀ ਹਾਈਡਰੋਲਿਕ ਹਾਈਡਰੋਲਿਕ ਬਹੁਤ ਜ਼ਬਰਦਸਤ ਹੈ ਜੀ ਇਹ ਪਲੇਟੇ ਸਲੇਟੇ ਸਭ ਕੰਪਨੀ ਦੀ ਲੱਗੀ ਇਹ ਸੋਚਾ ਜਿਹੜਾ ਸੋਚਿਆ ਤੁਸੀਂ ਪਿੱਛੇ ਲਾ ਕੇ ਤਾਰ ਜਿੱਥੇ ਮਰਜ਼ੀ ਰੱਖ ਕਰ ਇਹ ਤਾਂ ਉਹ ਇਸ ਵਾਰ ਮਾਡਲ ਵੀ ਲਿਖਿਆ ਹੋਊਗਾ ਹਾਂ ਮਾਡਲ ਵੀ ਲਿਖਿਆ ਹੋਊਗਾ 66 ਮਾਡਲ ਹੈ ਅੱਛਾ 1966 ਮਾਡਲ ਹੈ ਜੀ ਇਹ ਟਰੈਕਟਰ 1966 ਮਾਡਲ ਹੈ ਅਤੇ ਬਹੁਤ ਹੀ ਖੂਬਸੂਰਤ ਹੈ ਤਾਂ ਉਹ ਟਰੈਕਟਰ ਆਪਦਾ ਹਾਂ
ਹਾਂਜੀ ਆਹ ਜੀ ਆਹ ਜਿਹੜਾ ਚੀਜ਼ ਆਹ ਮੇਨ ਚੀਜ਼ ਵੇਖ ਰਹੇ ਹੋ ਇਹ ਹਾਈਡਰੋਕਲ ਦੀ ਜਦੋਂ ਇਹਨੂੰ ਆਪਾਂ ਉੱਤੇ ਕਰਕੇ ਲਾਉਣਾ ਫਿਰ ਇਹਨੇ ਕੰਮ ਕਰਨਾ ਹਾਈਡਰੋਕਲ ਉਸ ਤਰ੍ਹਾਂ ਕੰਮ ਨਹੀਂ ਕਰਨਾ ਜੀ ਅੱਛਾ ਲਿਫਟ ਕੰਮ ਨਹੀਂ ਕਰਦੇ ਉਹ ਲੋਕ ਲੱਗਿਆ ਵਿੱਚ ਬਖਾਇਓ ਇੱਥੇ ਦੀ ਚੱਲ ਕੰਮ ਕਰੇਗਾ ਜੀ ਉਹ ਅੱਛਾ ਇੱਥੇ ਕੰਮ ਨਹੀਂ ਕਰੇਗਾ ਨਾ ਇਹਨੇ ਉੱਪਰ ਨਾ ਕੁਛ ਨਹੀਂ ਕਰਨਾ ਫਿਰ ਜਾਣੀ ਕਹਿ ਰਹੀ ਵੀ ਲਿਫਟ ਦਾ ਕੰਟਰੋਲ ਇੱਥੇ ਕੰਟਰੋਲ ਇਹ ਸਾਰਾ ਇੱਥੋਂ ਆ ਤੁਹਾਡਾ ਵੇਖੋ ਪੈਪ ਸਾਰਾ ਕਿੱਥੇ ਜਾ ਰਿਹਾ ਆਹ ਮੈਂ ਬਲੈਲ ਫਿਟ ਰਿਹਾ ਜੀ ਇੱਥੋਂ ਇੰਜਣ ਵਾਸਤੇ ਤੇਲ ਪੈ ਜਾਣਾ ਜੀ ਆਹ ਇਹ ਕੰਟਰੋਲ ਤੁਹਾਡਾ ਹਾਂਜੀ ਤੁਹਾਡਾ ਨਾਮ ਕੀ ਮੇਰਾ ਨਾਮ ਪ੍ਰਕਾਸ਼ ਸਿੰਘ ਜੀ ਪ੍ਰਕਾਸ਼ ਸਿੰਘ ਜੀ ਅਸੀਂ ਆਏ ਸੀ ਤਾਊ ਮਹਿੰਦਰ ਸਿੰਘ ਜੀ ਨੇ ਲਕਸ਼ਯ ਡੇਅਰੀ ਵਾਲੇ ਹਾਂਜੀ ਹਾਂਜੀ ਤੇ ਜਿਨ੍ਹਾਂ ਦੇ ਕੋਲ ਟਰੈਕਟਰ ਤਾਊ ਜੀ ਕਿੰਨੇ ਟਰੈਕਟਰ ਨੇ ਤੁਹਾਡੇ ਕੋਲ 32 ਇਸ ਵਕਤ 32 ਟਰੈਕਟਰ ਨੇ ਤੁਹਾਡੇ ਕੋਲ 32 ਠੀਕ ਹੈ ਤੇ ਤੁਸੀਂ ਅਸੀਂ ਤੁਹਾਨੂੰ ਦੇਖਿਆ ਤੁਸੀਂ ਇਹਨਾਂ ਦੇ ਹੋਟਲ ਦੇ ਉੱਪਰ ਇੱਥੇ ਖਾਣਾ ਪੀਣਾ ਖਾ ਰਹੇ ਸੀ ਤੇ ਤੁਸੀਂ ਕਾ ਜਾਣਕਾਰੀ ਰੱਖਦੇ ਇਹਦੇ ਬਾਰੇ ਜਾਣਕਾਰੀ ਇਸ ਤਰ੍ਹਾਂ ਜੀ ਅਸੀਂ ਇਹ ਟਰੈਕਟਰ 19 ਸਾਲ ਮੈਂ ਖੁਦ ਚਲਾਇਆ ਹੋਇਆ ਜੀ ਬੈਲਾਰੂਸ ਵਧੀਆ ਲੱਗਦਾ ਹੁਣ ਬਹੁਤ ਵਧੀਆ ਜੀ ਤੇ ਮੈਂ ਬਾਕੀ ਇਹ ਚੀਜ਼ ਬੜੀ ਵੇਖ ਕੇ ਖੁਸ਼ ਹੋਇਆ ਵਾਂ ਜਿਹੜਾ ਭਾਈ ਮਹਿੰਦਰ ਸਿੰਘ ਨੇ ਇੰਨਾ ਚੀਜ਼ ਸਾਂਭ ਕੇ ਆਪਣਾ ਲੱਕੀ ਸ਼ੋਰੂਮ ਬਣਾਇਆ ਹੋਇਆ ਠੀਕ ਹੈ ਹਾਂਜੀ ਬਹੁਤ ਹੀ ਹੈ ਨਾ ਇਹਨਾਂ ਨੇ ਟਰੈਕਟਰ ਬੜੇ ਕਮਾਲ ਕਰਕੇ ਬਾਕੀ ਇਹਨਾਂ ਦੇ ਸਾਹਮਣ ਵਾਲੀ ਬਾਕੀ ਇਹਨਾਂ ਦੇ ਕਾਰੋਬਾਰ ਵੇਖ ਕੇ ਬਹੁਤ ਹੀ ਮਨ ਨੂੰ ਸਕੂਨ ਆਇਆ ਵੀ ਹਰ ਇੱਕ ਬੰਦਾ ਹੀ ਇਸ ਤਰ੍ਹਾਂ ਸੋਚ ਰੱਖ ਕੇ ਆਪਣਾ ਕਾਰੋਬਾਰ ਵਧਾਏ ਜੀ ਦੋਸਤੋ ਆਪਾਂ ਹੋਟਲ 'ਚ ਜਾ ਰਹੇ ਹਾਂ ਇਹਨਾਂ ਦੇ ਇਹ ਤਾਊ ਜੀ ਦਾ ਹੋਟਲ ਹੈ ਜੀ ਤਾਊ ਦਾ ਲਕਸ਼ਯ ਇਹ ਮਹਿੰਦਰ ਸਿੰਘ ਜੀ ਇੱਕ ਕਿਸਾਨ ਨੇ ਜਿਨ੍ਹਾਂ ਨੇ 56 ਏਕੜ ਜ਼ਮੀਨ ਤੋਂ ਆਪਣਾ ਕਾਰੋਬਾਰ ਸ਼ੁਰੂ ਕਰਿਆ ਸੀ ਇਸ ਵਕਤ 237 ਏਕੜ ਜ਼ਮੀਨ 'ਚ ਖੇਤੀ ਕਰ ਰਹੇ ਨੇ ਅਤੇ ਇਸ ਦੇ ਨਾਲ ਨਾਲ ਇਹਨਾਂ ਕੋਲ 5 ਲੱਖ ਦੇ ਨੇੜੇ ਤੇੜੇ ਜਿਹੜਾ ਮੁਰਗੀ ਫਾਰਮ ਦਾ ਜਿਹੜਾ ਬੱਚੇ ਪੈਦਾਵਾਰ ਹੈ ਰੋਜ਼ਾਨਾ ਇਹਨਾਂ ਦੇ ਪੋਲਟਰੀ ਦੇ ਵਿੱਚ ਜਿੱਥੇ ਐਗਸ ਤੋਂ ਬੱਚੇ ਤਿਆਰ ਕੀਤੇ ਜਾਂਦੇ ਨੇ 1 ਲੱਖ ਦੇ ਨੇੜੇ ਤੇੜੇ ਜਿਹਨੇ ਰੋਜ਼ਾਨਾ ਦੀ ਇਹਨਾਂ ਦੀ ਪ੍ਰੋਡਕਸ਼ਨ ਹੈ ਇਸ ਤੋਂ ਇਲਾਵਾ ਰੈਡੂ ਜੀ ਜਿਹੜੇ ਨੇ 2000 ਦੇ ਲਗਭਗ ਪਸ਼ੂ ਰੱਖ ਕੇ ਆਪਣਾ ਡੈਰੀ ਦਾ ਜਿਹੜਾ ਉਹ ਧੰਦਾ ਚਲਾ ਰਹੇ ਨੇ ਕਾਰੋਬਾਰ ਕਰ ਰਹੇ ਨੇ ਹੋਟਲ ਜਿਹੜਾ ਕਦੋਂ ਦਾ ਤੁਸੀਂ ਸ਼ੁਰੂ ਕਰਿਆ ਜੀ 1 ਸਾਲ ਹੋਇਆ ਕਰੀਬ ਅੱਛਾ 1 ਸਾਲ ਹੋਇਆ ਤੇ ਇਸ ਤਰ੍ਹਾਂ ਦੇ ਹੋਰ ਵੀ ਹੋਟਲ ਬਣਾਓਗੇ ਅੱਗੇ ਵਧਾਓਗੇ ਹੋਰ ਬਣਾ ਵੀ ਰੱਖਿਆ ਸੀ ਇਹਨਾਂ ਮੈਂ ਇੱਕ ਬਣਾ ਦਿਆ ਵੱਡਾ ਸ਼ੋਰੂਮ ਅੱਛਾ ਤੇ ਇਸ ਦੇ ਨਾਲ ਨਾਲ ਖੇਤੀ ਕਰ ਰਹੇ ਹੋ ਆਪ ਤੁਸੀਂ ਹਾਂ ਖੇਤੀ ਵੀ ਕਰ ਰਹੇ ਹਾਂ ਕਿੰਨੇ ਏਕੜ 'ਚ ਕਰ ਰਹੇ ਹੋ ਹੁਣ ਕਰੀਬ ਕਰਤੇ ਹਮ 5-6 ਏਕੜ ਕਰੀਬ ਖੇਤੀ 5-6 ਏਕੜ ਬਾਕੀ ਠੇਕੇ ਪਰ ਦੇ ਰੱਖੇ ਹਾਂ ਠੇਕੇ ਪਰ ਲੈ ਕੇ ਮੈਂ ਵੀ ਬੋਆ ਹਾਂ ਅੱਛਾ ਅੱਛਾ ਆਪਣੀ ਖੁਦ ਕੀ ਬੋਆ ਹਾਂ ਆਪਣੀ ਤੋਂ 237 ਏਕੜ ਹੈ ਹਾਂ ਮੇਰੀ ਕਮ ਸੇ ਕਮ ਵੀ 100 ਏਕੜ ਜ਼ਮੀਨ ਤੋਂ ਚੜਾਈ ਹੋਇਆ ਹੈ ਜੀ ਠੀਕ ਹੈ ਔਰ ਰਾਜਸਥਾਨ ਮੈਂ ਯੂਪੀ ਮੈਂ ਵੀ ਆਪਕੇ ਲੜਕਾ ਬਤਾ ਰਹੇ ਹੈ ਹਾਂ ਲੜਕਾ ਹੈ ਯੂਪੀ ਮੈਂ ਵੀ ਜੀ ਰੈਡੂ ਫਾਰਮਸੀ ਹਾਂ ਰੈਡੂ ਫਾਰਮਸੀ ਠੀਕ ਹੈ ਔਰ ਨੌਕਰ ਆਪਕੇ ਪਾਸ ਕਿਤਨੇ ਹੈ ਜੈਸੇ ਹਮਨੇ ਉਹ ਬਾਹਰ ਮੈਂ ਟਰੈਕਟਰ ਵਗੈਰਾ ਪੁਰਾਣੇ ਦੇਖੇ ਆਪਕੇ ਕੜੇ ਕਰੀਬ ਕਰੀਬ 2000 ਕੇ ਆਸ ਪਾਸ ਨੌਕਰ ਹੈ 2000 ਕੇ ਆਸ ਪਾਸ ਠੀਕ ਹੈ ਤੋ ਪਸ਼ੂ ਕਿਤਨੇ ਹੈ ਪਸ਼ੂ 2000 ਕੇ ਆਸ ਪਾਸ ਪਸ਼ੂ ਵੀ ਉਤਨੇ ਹੈ ਨੌਕਰ ਵੀ 2000 ਹੈ ਹਾਂ ਠੀਕ ਹੈ ਤੋ ਆਪਕਾ ਔਰ ਜੋ ਆਪਕਾ ਬਾਗ ਬਗੀਚਾ ਉਹ ਆਰਗੈਨਿਕ ਹੈ ਪੂਰਾ ਆਰਗੈਨਿਕ ਪੂਰਾ ਅੱਛਾ ਤਾਊ ਇਹ ਬਤਾਈਏ ਜੈਸੇ ਇਹ ਆਪਣੇ ਕੰਮ ਤੋਂ ਸ਼ੁਰੂ ਕੀ ਹੈ ਜੈਸੇ ਇਸ ਵਕਤ ਜੋ ਸਿਹਤ ਕੇ ਲਈ ਬਹੁਤ ਲੋਕ ਦੁਖੀ ਹੋ ਰਹੇ ਹੈ ਬਹੁਤ ਪਰੇਸ਼ਾਨ ਹੈ ਯਾਰ ਲੋਕ ਸਭ ਜੋ ਆਪਕਾ ਸ਼ੁੱਧ ਹੈ ਜਾਂ ਓਰੀਜਨਲ ਦੇਤੇ ਹੈ ਓਰੀਜਨਲ ਬਿਲਕੁਲ ਠੀਕ ਹੈ ਬਾਜ਼ਾਰ ਸੇ ਬਾਓ ਉੱਚੇ ਰੱਖੇ ਹੋਏ ਜਾਂ ਬਰਾਬਰ ਹੈ ਬਸ ਬਰਾਬਰ ਹੈ ਬਾਓ ਠੀਕ ਹੈ ਵੈਸੇ ਮਾਲ 1 ਨੰਬਰ ਦਾ ਮਤਲਬ ਆਪ 1 ਨੰਬਰ ਮਾਲ ਵਹੀ ਰੇਟ ਮੇ ਦੇ ਰਹੇ ਹੈ ਜੈਸਾ ਬਾਜ਼ਾਰ ਮੇ ਬਹੁਤ ਗੰਦਾ ਆ ਰਹਾ ਹੈ ਹਾਂ ਗੰਦਾ ਹੀ ਕਾ ਬਰਾਬਰ ਮੇ ਦੇ ਰਹੇ ਹੈ ਦਿਖਾਈਏ ਜੀ ਦਿਖਾ ਦੀਜੀਏ ਇਨਕਾ ਜੋ ਪ੍ਰੋਡਕਟਸ ਹੈ ਬਸ ਬਸ ਇੱਦਾਂ ਹੀ ਅਤੇ ਦੋਸਤੋ ਆਪਾਂ ਨੂੰ ਵੀ ਮਹਿੰਦਰ ਸਿੰਘ ਜੀ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਕਿਉਂਕਿ ਜਿਹੜੇ ਮਿਹਨਤੀ ਕਿਸਾਨ ਨੇ ਉਹ ਕੁਛ ਵੀ ਕਰ ਸਕਦੇ ਨੇ ਅਤੇ ਕਿਸਾਨ ਵੀਰੋ ਜੇ ਤੁਸੀਂ ਕੁਛ ਵੀ ਤੁਹਾਡਾ ਸਲਾਹ ਸੁਝਾਅ ਤੁਸੀਂ ਕੁਛ ਵੀ ਕਹਿਣਾ ਚਾਹੋ ਹੇਠਾਂ ਕਮੈਂਟ ਬੋਕਸ ਦੇ ਵਿੱਚ ਤੁਸੀਂ ਆਪਣਾ ਮੈਸੇਜ ਛੱਡ ਸਕਦੇ ਹੋ ਅਤੇ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਰੀਪਲਾਈ ਵੀ ਦੇਵਾਂਗੇ ਅਤੇ ਇਹਨਾਂ ਨੇ ਜਿਵੇਂ ਫਿਰ ਦੱਸ ਦੇਵਾਂ ਕਿ 56 ਏਕੜ ਤੋਂ ਪਹਿਲਾਂ ਜਿਹੜੀ ਖੇਤੀ ਸ਼ੁਰੂਆਤ ਕਰੀ ਚਾਰੇ ਭਰਾ ਨੇ ਸਾਰੇ ਭਰਾ ਇਕੱਠੇ ਨੇ ਸਾਰੇ ਭਰਾ ਜਿਹੜੇ ਨੇ ਇੱਕ ਦੂਸਰੇ ਦੀ ਮਦਦ ਕਰਦੇ ਨੇ ਅਤੇ ਤਾਊ ਜੀ ਤੁਸੀਂ ਜਿਹੜਾ ਹੋਟਲ ਇੱਕ ਹੋਰ ਬਣਾਇਆ ਹੋਰ ਵੀ ਬਣਾਉਣ ਦੀ ਸੀ ਯੋਜਨਾ ਠੀਕ ਹੈ ਬਣਾਉਣ ਦਾ ਪ੍ਰੋਗਰਾਮ ਹੈ ਆਪ ਕਿਆ ਕਰਦੇ ਹੋ
मैं थोड़ा घर हूँ समाज सेवा करूँ। समाज सेवा के लिए आप कहें भी आप जिस तरह फ्री हैं कहीं जावा कहीं कुछ करा आपने ड्राइवर लिया और चले गए। चले गए ठीक है। हमने कोई किसी ये आपके साथ कौन है ये सुबह से हम देख रहे हैं हमारे ये मेरे साथी है यूपी ये आड़ी है थोड़ा पक्का आड़ी बचपन के साथी है। अच्छा बचपन का आड़ी है गाँव से ठीक है। तो ये भी खेती करता है खेती करते दो ट्रैक्टर ले रहा है अच्छा बढ़िया जमींदार है। अच्छा अच्छा इनके पास भी दो ट्रैक्टर है। कितनी खेती करते हैं आप? 20 किले में दो घर ट्रैक्टर क्यों ले रखे हैं? किराया करते हैं। किराया करते हैं जी जी जी। बच्चे कितने आपके? एक लड़का। एक लड़का ही है। आप खुश संतुष्ट हैं? बस मैं सुबह तक शाम तक इनके पास है बस पक्की गाड़ी है सेवा में जी लाना कहेंगे। हम एक पूछना चाहेंगे बुरा तो नहीं माने आपने कर्जा देना है या नहीं किसी का? ना किसी का लेना आप आमदनी में जा रहे हैं काम ठीक चल रहा ना किसी का लेना ना देना। आपको आप इनके जैसे ना हमारे बोलते हैं कि जो फल होता है ना जैसे सेब होता है जहाँ उसके पास वैसे ही रंग तो ले लेता है आप इनके जैसा हमारा बचपन से उठा बैठे नहीं आप अब आपको नहीं लगता कि इनसे कुछ लेकर आइडिया आप थोड़ा आप भी आगे बढ़ो चल रहा तो ले खेती अच्छी करें। अच्छा खेती का बदलाव ले आए महेंद्र सिंह जी जो आपने यहाँ से मिठाइयाँ बना रहे हो इत बेच दे जाके होर कि बेच दे ओके बाहर भी जाते हैं सारा जाना है। अच्छा सेंटर बनाए रखे सेंटर बनाए रखे सारा हरियाणा में जाते हैं सारे हरियाणा में किन्ने सेंटर ने थोड़े को 200-250 सेंटर है। तो दोस्तों इन्होंने अपने जो होटल शुरू किया है ये थोड़ी मठियाई है अगे 200-250 इन्होंने सेंटर बनाए हुए उत्थे भी सप्लाई करते हैं तो ये सारा शुद्ध बनाते हो जो देसी घी का देसी घी की देसी घी अच्छा ये जो देसी घी अभी खा रहे हैं हाँ, सब देसी घी। देखो ये अंकल जी ने सानू पार्टी करी है तो ईश्वर जी नाल ने ते ये शुद्ध सारा देसी घी होता है जिन्ना भी। अच्छा ताऊ जी जिहड़ा जैसे तुसी दस्सिया जी तुहाडा ऑपरेशन होया दिल दा ते फिर तुसी इस नूं बेफिक्र होके खा लैंदे हो? खा लिया हां। डॉक्टर मना करदा? डॉक्टर मना करदा। तुसी हटदे नहीं? ना। अच्छा इस नूं खा के परेशानी नहीं आउंदी कोई? कोई परेशानी नहीं। किन्ना सिर हो गया तुहाडा ऑपरेशन होया? ऑपरेशन 15 में होया 2015 में। अच्छा उदों तो तुसी खाना यही खाई जांदे हो अपना? हां खाई जांदा। ठीक है क्योंकि जैसे आपने पहला बताया ना भी घर में जो खाना बनाते हैं खोआ मार के ऐसे वैसे वो सब आप हटते नहीं? हटते नहीं। अच्छा प्रॉब्लम नहीं आती कोई? ना। दवाई कितनी वक्त लेते हो? दवाई दो टाइम दो टाइम शाम सुबह। बहुत धन्यवाद। देखो किसान वीरो इन्हों का कारोबार पिछे तुसी वेख रहे हो तो ताऊ जी ने बहुत कमाल करी थी कोई शब्द नहीं है ये भी किसान ने एक आप भी किसान आपको जरूर सोचना चाहिए। सर एक ये किसान की पहली पहल है और ये अपने आप में एक यूनिक कंसेप्ट है जहाँ पर हम लोग एक किसान के द्वारा जो दूध दही पनीर घी लस्सी ये सब चीज़ें एक तरफ जहाँ लक्ष्य मिल्क प्लांट में उत्पादित की जा रही हैं तो उन्हीं सब चीज़ों का यूज़ करते हुए हमने ये अपना मिठाई की दुकान खोली है सर यहाँ। और यहाँ पर जितनी भी चीज़ें बनी हुई हैं ये सब लक्ष्य मिल्क प्लांट के जितने प्रोडक्ट मार्केट में आते हैं उनसे बनी हुई है 100% शुद्ध है और शुद्धता का तो आपको आप घूमे भी हैं यहाँ देखा भी है आपने कस्टमर का एक भरोसा हमारे इस प्रोडक्ट पर है और जो हमने ये नया काम किया है अपनी मिठाई की दुकान का बहुत अच्छा चल रहा है। तो हाँ जी दोस्तों ये सन विवेक जी तो यकीन नहीं आता हूँ आपको भी एक किसान खड़े ने अपनी दुकान के उपर दुध भी अपना डेयरी फार्म अपना दुध अपना इतों तक कि मुर्गियां अंडे वगैरह भी अपने तो होटल भी अपना तो खाण पीन का समान भी अपना तो जी इन्होंने ये डिजाइनिंग की हुई इस किसान वीर ने यह उपर मैं बेनती करा दिखा दो ये सारी अमेरिकन स्टाइल है जी उतों के होटल जी सनत होटल कारोबार है अमेरिका का लकड़ी की है बिलकुल सारी जिनी भी फिनिशिंग है देखो दोस्तों ये होंगी आड़ी जरा इतना चक के बना रहा भी तू होर खा ला है तो जे मेरी जो आंटी है मेरी ताई अगर तुहाडे नाल लड़ पई भी इसनू इन्ना नहीं सिखाउणा हैगा ना बंदा कुछ नहीं बोलना इनको जैसे ऑपरेशन होया ना इनका दिल का तो तुहाडे पीछे पड़ेगी भी नहीं जी उसमें कोई सेहत नहीं चीज अच्छा क्योंकि शुद्ध है ना शुद्ध है नहीं तो इस पे तो बनाया थोड़ी शुगर है अच्छा मिठत है ठीक है सॉरी कोई सेहत नहीं उसमें तो कीमत है।